ਸਤਿ ਸ਼੍ਰੀ ਅਕਾਲ ਜੀ, ਇੱਕ ਨਵੇਂ ਵੀਡੀਓ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਇਹ ਵੀਡੀਓ ਉਹਨਾਂ ਸਟੂਡੈਂਟਸ ਦੇ ਲਈ ਕਾਫ਼ੀ ਇੰਪੋਰਟੈਂਟ ਹੋ ਸਕਦੀ ਆ ਜਿਹੜੇ ਸਟੂਡੈਂਟਸ ਆਉਣ ਵਾਲੇ ਸਮੇਂ 'ਚ ਟਰੈਵਲ ਕਰਨਗੇ। ਜੇਕਰ ਆਪਾਂ ਡਾਇਰੈਕਟ ਫਲਾਈਟਸ ਦੀ ਗੱਲ ਕਰੀਏ ਤਾਂ ਡਾਇਰੈਕਟ ਫਲਾਈਟਸ ਬਾਰੇ ਅਜੇ ਤੱਕ ਕੋਈ ਵੀ ਅਪਡੇਟ ਨਹੀਂ ਆਇਆ ਕਿ ਇਹ ਫਲਾਈਟਸ ਕਦੋਂ ਰਿਜ਼ਿਊਮ ਕੀਤੀਆਂ ਜਾਣਗੀਆਂ। ਜੇਕਰ ਡਾਇਰੈਕਟ ਫਲਾਈਟਸ ਓਪਨ ਵੀ ਹੋ ਜਾਂਦੀਆਂ ਨੇ, ਫਿਰ ਵੀ ਆਪਾਂ ਇੰਡੀਆ ਤੋਂ ਕੈਨੇਡਾ ਲਈ ਡਾਇਰੈਕਟ ਫਲਾਈਟਸ ਉੱਤੇ ਟਰੈਵਲ ਨਹੀਂ ਕਰ ਪਾਵਾਂਗੇ, ਕਿਉਂਕਿ ਕੈਨੇਡਾ ਵੱਲੋਂ ਇੰਡੀਆ ਤੋਂ ਕਰਵਾਈਆਂ ਗਈਆਂ RT-PCR ਰਿਪੋਰਟਸ ਐਕਸੈਪਟ ਨਹੀਂ ਕੀਤੀਆਂ ਜਾਂਦੀਆਂ। ਇਸ ਲਈ ਆਪਾਂ ਨੂੰ ਕਿਸੇ ਥਰਡ ਕੰਟਰੀ ਤੋਂ RT-PCR ਦੀ ਰਿਪੋਰਟ ਕਰਵਾਉਣੀ ਪਵੇਗੀ, ਫਿਰ ਹੀ ਆਪਾਂ ਕੈਨੇਡਾ ਲਈ ਟਰੈਵਲ ਕਰ ਸਕਾਂਗੇ। ਨੈਕਸਟ ਅਪਡੇਟ ਹੈ ਜੀ ਮਾਲਦੀਵਸ ਤੋਂ। ਜੋ ਸਟੂਡੈਂਟਸ ਮਾਲਦੀਵਸ ਰਾਹੀਂ ਟਰੈਵਲ ਕਰ ਰਹੇ ਸਨ, ਉਹਨਾਂ ਸਟੂਡੈਂਟਸ ਤੋਂ ਮਾਲਦੀਵਸ ਏਅਰਪੋਰਟ 'ਤੇ ਕੁਝ ਡਾਕੂਮੈਂਟ ਮੰਗੇ ਗਏ। ਜਿਨ੍ਹਾਂ ਸਟੂਡੈਂਟਸ ਕੋਲ ਉਹ ਡਾਕੂਮੈਂਟ ਨਹੀਂ ਸਨ, ਉਹਨਾਂ ਨੂੰ ਕਤਰ ਐਮਬੈਸੀ ਵੱਲੋਂ ਫਲਾਈਟ ਬੋਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਟੂਡੈਂਟ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਮਾਲਦੀਵਸ ਏਅਰਪੋਰਟ 'ਤੇ ਸਟੂਡੈਂਟਸ ਕੋਲੋਂ ਟਰੈਵਲ ਸਪੋਰਟ ਲੈਟਰ ਅਤੇ ਇਨਰੋਲਮੈਂਟ ਲੈਟਰ ਮੰਗੇ ਗਏ ਸਨ। ਜੋ ਵੀ ਸਟੂਡੈਂਟਸ ਇਨਡਾਇਰੈਕਟ ਰੂਟਸ ਰਾਹੀਂ ਟਰੈਵਲ ਕਰ ਰਹੇ ਹਨ, ਉਹਨਾਂ ਸਟੂਡੈਂਟਸ ਕੋਲ ਵੈਲਿਡ ਡਾਕੂਮੈਂਟ ਹੋਣੇ ਬਹੁਤ ਜ਼ਰੂਰੀ ਹੈ, ਨਹੀਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੈਕਸਟ ਅਪਡੇਟ ਏਅਰ ਇੰਡੀਆ ਵੱਲੋਂ ਦਿੱਤਾ ਗਿਆ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣੀਆਂ ਨੌਨ ਸਟੋਪ ਫਲਾਈਟਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਹਿਮਦਾਬਾਦ ਤੋਂ ਦੁਬਈ ਲਈ ਫਲਾਈਟ ਨੰਬਰ B787 ਡ੍ਰੀਮ ਲਾਈਨਰ ਫਲਾਈਟ ਚੱਲੇ, ਜਿਹੜੀ ਕਿ ਹਰੇਕ ਸ਼ਨੀਵਾਰ ਨੂੰ ਉਡਾਨ ਭਰੇ। ਨੈਕਸਟ ਅਪਡੇਟ ਦੀ ਗੱਲ ਕਰੀਏ ਤਾਂ ਇਹ ਜਿਹੜੀ B787 ਡ੍ਰੀਮ ਲਾਈਨਰ ਫਲਾਈਟ ਹੈ, ਮੁੰਬਈ ਤੋਂ ਦੁਬਈ ਲਈ ਹਫ਼ਤੇ ਵਿੱਚ 6 ਵਾਰ ਉਡਾਨ ਭਰੇ। ਏਅਰ ਇੰਡੀਆ ਹੁਣ ਇੱਕ ਨਵੀਂ ਫਲਾਈਟ ਇੰਦੌਰ ਤੋਂ ਦੁਬਈ ਲਈ ਸ਼ੁਰੂ ਕਰ ਰਿਹਾ ਹੈ, ਜਿਹੜੀ ਕਿ 1 ਸਪਤੰਬਰ ਤੋਂ ਸ਼ੁਰੂ ਹੋਵੇਗੀ। ਇਹ ਹਫ਼ਤੇ ਵਿੱਚ ਇੱਕ ਵਾਰ ਚੱਲੇਗੀ, ਜਿਹੜੀ ਕਿ ਹਫ਼ਤੇ ਦੇ ਹਰੇਕ ਵੈਡਨਸਡੇ ਨੂੰ ਚੱਲੇਗੀ। ਅੱਜ ਦੇ ਵੀਡੀਓ 'ਚ ਇੰਨਾ ਹੀ। ਜੇਕਰ ਟਰੈਵਲ ਨੂੰ ਲੈ ਕੇ ਕੋਈ ਹੋਰ ਨਵਾਂ ਅਪਡੇਟ ਆਉਂਦਾ ਤਾਂ ਅਸੀਂ ਇਸ ਚੈਨਲ 'ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਧੰਨਵਾਦ।